ਮੈਲਾ ਵਿਚਾਰੇ ਪੈ ਜਾ। ਕਹਿੰਦਾ ਫਿਰ ਤੁਸੀਂ ਐਂ ਕਰੀ ਮਗਾਏ ਤਾਂ ਮੈਨੂੰ ਜਾਗ ਆ ਗਈ, ਮੈਂ ਤਾਂ ਜਦ ਇੰਨਾ ਗਲਤ ਦਿਮਾਗ ਤੇਰਾ, ਫਿਰ ਤੁਸੀਂ ਸੁੱਤੇ ਪਏ ਸੀ, ਕੁਛ ਨਹੀਂ ਬਣ ਸਕਦਾ, ਮੈਂ ਤੇਰਾ ਹੱਥ ਫੜੇ ਕਰਤਾ ਬਸ, ਫਿਰ ਤੈਨੂੰ ਮੈਂ ਕੁਛ ਕਿਹਾਗਾ ਉਹਨੂੰ ਜਿਹੜਾ ਜਲੂਸ ਕੱਢਤਾ ਇਹ ਕਹਿਣ ਨਾਲੋਂ ਦੁੱਗਣਾ ਤਿੱਗਣੀ ਬੇਇੱਜ਼ਤੀ ਕਰਤੀ ਤੂੰ ਮੇਰੀ ਨਾਲੇ ਉਹਦੀ ਨਾਲੇ ਆਪਦੀ। ਫਿਰ ਮੈਂ ਤੈਨੂੰ ਰਾਤ ਨੂੰ ਕਹਿ ਦਿੰਦਾ ਵੀ ਇਹਨੂੰ ਠਾ ਦੂਜੇ ਕਮਰੇ ਚ ਪਾ ਵੀ ਚਾਹ ਆਪਾਂ ਪਾਈਆਂ ਦੂਜੇ। ਬਸ ਹੁਣ ਯਾਰ ਮੇਰੇ ਨਾਲ ਕੋਈ ਗੱਲ ਨਾ ਕਰੋ ਉਹਦੇ ਬਾਰੇ, ਠੀਕ ਆ ਨਾ? ਆਪਣੀ ਗੱਲ ਪਹਿਲਾਂ ਕਲੀਅਰ ਹੋ ਚੁੱਕੀ ਆ ਵੀ ਉਹ ਇੱਥੇ ਰਹੂਗਾ, ਰਹਿ ਪਈ ਫਿਰ ਮੈਂ ਤੈਨੂੰ ਕਦੋਂ ਕਹਿਣਾ ਵੀ ਨਾ ਮਸਾ ਮੇਰਾ ਇਸ ਘਰ ਚ ਜੀ ਲੱਗਣ ਲੱਗਿਆ। ਤੇਰਾ ਜੀ ਲੱਗਣਾ ਚਾਹੀਦਾ, ਮੈਂ ਤੈਨੂੰ ਕਦੋਂ ਕਹਿਣਾ? ਪਤਾ ਨੀ ਮੇਰੀ ਖੁਸ਼ੀ ਤੇਰੇ ਤੋਂ ਜਰੀ ਨਹੀਂ ਜਾਂਦੀ ਹੈਗੀ ਵੀ ਇਹ ਖੁਸ਼ ਕਿਉਂ ਰਹਿੰਦੀ ਆ, ਐਵੇਂ ਗਲ ਘੋਟਦੇ ਯਾਰ ਮੇਰਾ ਮਕਾ ਪਰੇ ਜੱਬ ਐਵੇਂ ਘੋਟਦੇ ਆ ਗਲ, ਤੂੰ ਤਾਂ ਤੈਨੂੰ ਆਇਆ ਵੀ ਮੈਨੂੰ ਛੱਡ ਕੇ ਹੀ ਜਾਂਦੀ ਨਹੀਂ ਹੈਗੀ ਵੀ ਇਹਨੂੰ ਦੁਨੀਆਦਾਰੀ ਦੀ ਤੇਰਾ ਗਲ ਘੋਟ ਕੇ ਮੈਨੂੰ ਕੀ ਮਿਲੂ, ਤੈਨੂੰ ਆਇਆ ਵੀ ਦੁਨੀਆਦਾਰੀ ਦੀ ਇਹਨੂੰ ਪਰਵਾਹ ਕੀ, ਮਸਾਂ ਦਾ ਮੈਂ ਸੁੱਖਾਂ ਸੁੱਖ ਕੇ ਲੈ ਆਂਦੀ ਆ ਹੈ ਐਨਾ ਨੂੰ ਚਾਹਦਾ ਉਦਾਂ ਦਾ। ਬਸ ਬਸ ਰਹਿਣ ਦੇ ਰਹਿਣ ਦੇ, ਹੁਣ ਇਹ ਜੇ ਮਸਕੇ ਜੇ ਨਾ ਲਾ ਸਮਝ ਗਿਆ ਨਾ, ਔਰ ਇਹ ਕਾਹਦੇ ਆ, ਮੈਂ ਤਾਂ ਹੁਣ ਵੀ ਜਦੋਂ ਪਰੇ ਹੁੰਦਾ ਦੋ ਮਿੰਟ ਮੇਰਾ ਜੀ ਨਹੀਂ ਲੱਗਦਾ ਮਿੰਟ ਵੀ, ਬਸ ਫਿਰ ਆਵਾ ਤਵਾ ਜਾਣਾ ਬੋਲਿਆ ਕਰ, ਨਹੀਂ ਬੋਲਦਾ ਫਿਰ ਨਾ, ਹਾਂ ਗਲਤ ਸੋਚ ਦੀ ਸੋਚਿਆ ਕਰ, ਉੱਥੋਂ ਨਾ ਆਰੋ ਦਾ ਪਾਣੀ ਸੁੱਧ ਲੈ ਲਾ ਤੇ ਪੱਗ ਪੁੱਗ ਦੀ ਲਾ ਕੇ ਮਾੜਾ ਜਿਹਾ ਨਾ ਆ ਕੇ ਫਰੈਸ਼ ਹੋਇਆ ਸਿਰ ਸੁਰ ਚ ਠੰਡਾ ਪਾਣੀ ਪਾ ਲਾ ਮਾੜਾ ਦਿਮਾਗ ਚ ਤੇਰੇ ਜਿਹੜਾ ਗੰਦਾ ਨਿਕਲ ਜੇ, ਕੋਈ ਨੀ ਨਿਕਲ ਜੂ, ਦਿਮਾਗ ਨੂੰ ਸੁੱਧ ਕਰ ਲਾ, ਨਿਕਲ ਹੀ ਗਿਆ ਕਿਤੇ ਤੈਨੂੰ ਕਹਿਤਾ। ਬਸ ਠੀਕ ਹੈ ਹੁਣ ਇੱਦਾਂ ਮੁੜ ਕੇ ਨਾ ਗੱਲ ਛੇੜੀ ਘਰ ਚ, ਨਹੀਂ ਛੇੜਦਾ ਆਉਣਾ ਚਾਹਣ ਰਹਿਣ ਦੇ ਘਰ ਚ, ਠੀਕ ਆ ਨਾ? ਖੁਸ਼ ਰਹਿ ਰਹਿਣ ਦੇ ਮੈਨੂੰ, ਮੈਂ ਤਾਂ ਕਹਿੰਦਾ ਖੁਸ਼ ਮੇਰੇ ਕੋਲ ਤਾਂ ਚੱਲ ਦਿਨੇ ਦੋਨੇ 10 ਮਿੰਟ ਪੈ ਜਾਏਗਾ। ਉਹ ਕੋਈ ਗੱਲ ਨਹੀਂ ਯਾਰ, ਸਾਰੀ ਉਮਰ ਹੀ ਪਈ ਹੈਗੀ ਆਪਣੀ ਭੈਣ ਨੂੰ, ਉਹ ਹੁਣ ਦੇਖ ਇੱਥੇ ਕੋਈ ਨਹੀਂ ਹੈਗਾ, ਆਪਾਂ ਨੂੰ ਵੀ ਪਤਾ ਹੈਗਾ ਵੀ ਜੇ ਆਪਾਂ ਦੋਨੇ ਹੁੰਦੇ ਸੀ ਫਿਰ ਕਿਹੜਾ ਮੇਰੇ ਮੂੰਹੋਂ ਕੁਛ ਹੋਰ ਨਿਕਲਿਆ ਸੀਗਾ, ਫਿਰ ਕਹੇਗਾ ਵੀ ਮੇਰੇ ਚ ਕਮੀਆਂ ਗਿਣਦੀ ਰਹਿੰਦੀ ਹੈਗੀ, ਫਿਰ ਕਿਹੜਾ ਕੁਛ ਹੁੰਦਾ ਕਰਦਾ ਸੀ, ਫਿਰ ਵੀ ਤਾਂ ਜਿਹੋ ਜਿਹਾ ਪੈਂਦੇ ਸੀ ਉਹ ਜਿਹੇ ਉੱਠ ਖੜਦੇ ਸੀਗੇ, ਜਿਹੋ ਜਿਹਾ ਕੋਈ ਬਗਾਨੇ ਪੈ ਗਏ, ਜਿਹੋ ਜਿਹੇ ਆਪਾਂ ਆਦਮੀ ਤੀਵੀਂ ਪੈ ਗਏ, ਫਿਰ ਜੇ ਉਹ ਤੀਜਾ ਵਿੱਚ ਪੈ ਗਿਆ ਫਿਰ ਕੀ ਹੁੰਦਾ ਗਾ, ਆਪਣੀ ਕਿਹੜਾ ਕੋਈ ਉਮਰ ਟੱਪ ਗਈ, ਉਹ ਮਹੀਨਾ ਦੋ ਮਹੀਨੇ ਕਹਿੰਦਾ ਤਾਂ ਨਹੀਂ, ਫਿਰ ਕੋਈ ਗੱਲ ਨਹੀਂ ਹੁਣ ਗੱਲ ਨਾ ਛੇੜੀ, ਉਹ ਤਾਂ ਬਾਗ ਹੀ ਜਾਊਗਾ ਯਾਰ, ਕੋਈ ਨਹੀਂ ਕੋਈ ਉਹਦੇ ਪੈਣ ਪੁਣ ਪਿੱਛੇ ਕੋਈ ਗੱਲ ਨਾ ਛੇੜੀ, ਉਹ ਨਹੀਂ ਛੇੜਦਾ ਮੈਂ ਕਿਹਾ, ਉਹੀ ਗੱਲ ਫੇਰ ਕਹਿ ਜਾਂਦੀ ਆ। ਚੱਲ ਠੀਕ ਹੈ ਤੂੰ ਐਂ ਕਰ ਦੂਜੇ ਕਮਰੇ ਚ ਉੱਥੇ ਪੈ ਜਾ, ਮੈਂ ਆ ਸਫਾਈ ਸਫੂਈ ਜੀ ਕਰਦਾ, ਕਰ ਲੋਟ ਸਾਰੇ, ਕੋਈ ਨਹੀਂ ਕਈ ਵਾਰੀ 10 ਮਿੰਟ ਪੈਣਾ ਪੈ ਜਾਂਦਾ, ਕੋਈ ਨਾ ਕੋਈ ਨਾ, ਸਾਰੀ ਹਤੀ ਜਾਗਦਾ ਰਹਿਣਾ ਨਾ, ਕੋਈ ਗੱਲ ਨਹੀਂ ਆਪ ਸੌ ਜਾਣਾ ਜਵਾਗ ਦਾ, ਆਹੋ ਕੋਈ ਨਹੀਂ ਘਰ ਸਾਫ ਵੱਡਾ ਆ ਵੀ ਉੱਥੇ ਜੇ ਸਾਰੀ ਰਾਤ ਉਹ ਜਾਗਦਾ ਨਹੀਂ ਹੁੰਦਾ ਵੀ ਸੌ ਜਾਂਦਾ ਵੀ ਉੱਠ ਕੇ ਕੰਮ ਨਹੀਂ, ਮੈਂ ਇੱਧਰ ਲੈ ਕਮਰੇ ਚ ਆ ਜਾਊਂਗੀ ਤੇਰੇ ਨਾਲ ਬਹਿ ਜਾ ਟਿੱਕੇ ਸੰਭਲਦਾ, ਜੇ ਮੈਂ ਤੇਰੇ ਨਾਲ ਹੀ ਪੈਣਾ ਹੁੰਦਾ ਰਾਤਾਂ ਕੱਟਣੀਆਂ ਹੁੰਦੀਆਂ ਫਿਰ ਮੈਂ ਉਹਨੂੰ ਇੱਥੇ ਰੱਖਦੀ ਸੀ। ਆਹੋ ਇੱਥੇ ਯਾਰ ਸੋਨੀ, ਤੂੰ ਤੂੰ ਇੱਥੇ ਕਿਉਂ, ਕਿਵੇਂ? ਮੈਂ ਤਾਂ ਇੱਥੇ ਵਿਆਹੀ ਆ, ਮੇਰਾ ਘਰ ਹੈ, ਤੂੰ ਇੱਥੇ ਕਿਵੇਂ? ਰਿਸ਼ਤੇਦਾਰੀ ਆ ਮੇਰੀ, ਬਾਈ ਕਿੱਧਰ ਗਿਆ? ਬਹਿ ਜਾਓ, ਹੈ ਇੱਥੇ ਹੀ ਹੋਣਗੇ ਬਾਹਰ ਹੋਣਗੇ, ਕੋਈ ਗੱਲ ਨਹੀਂ ਬਹਿ ਤਾਂ ਜਾਓ ਤੁਸੀਂ, ਬੋਲ ਹੈਂ ਸੁਣਨੇ ਜੇ ਹੋਗੀ। ਨਹੀਂ ਮੈਂ ਤੈਨੂੰ ਦੇਖ ਕੇ ਅਚਾਨਕ ਜੇ ਮੈਂ ਅੱਖਾਂ ਵੀ ਅੱਗੇ ਤਾਂ ਕਦੇ ਮੈਂ ਦੇਖਿਆ ਨਹੀਂ ਹੈਗਾ, ਮੈਨੂੰ ਤਾਂ ਇੰਨਾ ਟਾਈਮ ਹੋ ਗਿਆ ਵਿਆਹੀ ਨੂੰ। ਰਿਸ਼ਤੇਦਾਰੀ ਹੈ ਮੇਰੀ ਇੱਥੇ,
ਅੱਛਾ ਰਿਸ਼ਤੇਦਾਰੀ ਪਰ ਮੈਨੂੰ ਤਾਂ ਕਦੇ ਪਾਲਾ ਨੇ ਦੱਸਿਆ ਨਹੀਂ ਹੈ ਵੀ ਮੇਰੀ ਰਿਸ਼ਤੇਦਾਰੀ ਨਾ ਹੀ ਤੁਹਾਡਾ ਕਦੇ ਕੋਈ ਜ਼ਿਕਰ ਕਰਿਆ ਗਾ ਪੁੱਛ ਲਈ ਉਹਨੂੰ ਇਹਦੀ ਭੂਆ ਦਾ ਮੁੰਡਾ ਹੈ ਭੂਆ ਦਾ ਮੁੰਡਾ ਅਤੇ ਫਿਰ ਵਿਆਹ ਉਹਨੂੰ ਵੀ ਮੈਂ ਤਾਂ ਦੇਖਿਆ ਉਦੋਂ ਬਾਅਦ ਵੀ ਨਹੀਂ ਆਏ ਹੈਗੇ ਬਣਦੀ ਨਹੀਂ ਸੀ ਮੈਂ ਬਾਹਰ ਰਹਿੰਦਾ ਸੀ ਕਾਲਜ ਤੋਂ ਬਾਅਦ ਬਾਹਰ ਬਾਹਰੋਂ ਹੁਣ ਆਏ ਹੋ ਸਿੰਗਾਪੁਰ ਹੋਰ ਪਾਣੀ ਲਿਆਵਾਂ ਪਹਿਲਾਂ ਕਾਲਜ ਟਾਈਮ ਹੀ ਯਾਦ ਆ ਗਿਆ ਮੇਰਾ ਤਾਂ ਕਿੱਥੇ ਮੈਂ ਫਸ ਗਈ ਆ ਕੇ ਯਾਰ ਮੈਂ ਇਹਦੇ ਨਾਲ ਹੀ ਵਿਆਹ ਕਰਵਾਇਆ ਹੁੰਦਾ ਕਿੰਨਾ ਮੇਰੇ ਮਗਰ ਫਿਰਦਾ ਸੀਗਾ ਕਿੰਨਾ ਪਿਆਰ ਵੀ ਕਰਦਾ ਸੀ ਮੈਂ ਹੀ ਇਗਨੋਰ ਕਰੀ ਗਈ ਇਹਨੂੰ ਇੱਦਾਂ ਅੱਜ ਅਚਾਨਕ ਆ ਕੇ ਮੇਰੇ ਤਾਂ ਲੱਤਾਂ 'ਚੋਂ ਸੀਤ ਹੀ ਕੱਢਤਾ ਇਹਨੇ ਪਾਣੀ ਨੂੰ ਡਿੱਕੀ ਜਾਂਦਾ ਉਹ ਪਾਣੀ ਤਾਂ ਲੈ ਜਾ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਵੀ ਇਹ ਆ ਰਿਹਾ ਇੱਥੇ ਦਿਲ ਵੀ ਇੰਨਾ ਤੇਜ਼ ਤੇਜ਼ ਧੜਕ ਰਿਹਾ ਮੇਰਾ ਤਾਂ ਸਾਨੂੰ ਪਾਣੀ ਪਾਣੀ ਨੂੰ ਤਾਂ ਕੀ ਸੀਗਾ ਕੋਈ ਗੱਲ ਨਹੀਂ ਹੋਰ ਠੀਕ ਰਹਿਣੀ ਆ ਬਸ ਵਧੀਆ ਤੂੰ ਸੁਣਾ ਆਪਣਾ ਵਧੀਆ ਬਸ ਵਧੀਆ ਨਿਕਲਦੀ ਹੈ ਜ਼ਿੰਦਗੀ ਟਾਈਮ ਪਾਸ ਖੁਸ਼ ਹਾਂ ਫਿਰ ਬਸ ਜਦੋਂ ਵਿਆਹ ਹੀ ਹੋ ਗਿਆ ਖੁਸ਼ ਹੀ ਹੈਗੀ ਫਿਰ ਵਿਆਹ ਕਿਵੇਂ ਕਰਵਾ ਲਿਆ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵਿਆਹ ਕਰਵਾਉਣਾ ਹੀ ਸੀਗਾ ਉਮਰ ਸੀ ਵਿਆਹ ਵਾਲੀ ਮਾਂ ਬਾਪ ਨੇ ਕਰਤਾ ਹੱਦ ਹੋ ਗਈ ਦੱਸਿਆ ਵੀ ਨਹੀਂ ਦੱਸਦੇ ਤਾਂ ਫਿਰ ਹੀ ਜੇ ਕਾਲਜ ਤੋਂ ਬਾਅਦ ਮਿਲਦੇ ਧੱਕਾ ਕੀਤਾ ਮੈਂ ਤਾਂ ਕਾਹਦਾ ਧੱਕਾ ਕੀਤਾ ਧੱਕਾ ਤਾਂ ਕਿਸਮਤ ਨੇ ਕੀਤਾ ਮੇਰੇ ਨਾਲ ਕਿੱਧਰ ਗਿਆ ਹੁਣ ਬਸ ਇੱਥੇ ਹੀ ਹੋਊਗਾ ਕੋਈ ਪਊਆ ਦੀ ਗਾ ਲੈਣ ਗਿਆ ਹੋਊ ਠੇਕੇ ਤੋਂ ਕਿਉਂ ਅਤੇ ਹੋਰ ਸ਼ਾਮ ਹੁੰਦੀ ਜਾਂਦੀ ਹੈਗੀ 4 ਵੱਜ ਚੁੱਕੇ ਆ ਬਸ ਸ਼ਾਮ ਨੂੰ ਹੋਰ ਕੀ ਚਾਹੀਦਾ ਦਾਰੂ ਪੀਂਦਾ ਡਰਿੰਕ ਕਰਦਾ ਗਾ ਫਿਰ ਤਾਂ ਕਿਹੜੀ ਜ਼ਿੰਦਗੀ ਉਹਦੇ ਬਸ ਫਿਰ ਤੈਨੂੰ ਪਤਾ ਹੀ ਹੈ ਕਿਹੜੀ ਜ਼ਿੰਦਗੀ ਹੈ ਨਾਲੇ ਕਹਿੰਦੀ ਖੁਸ਼ ਹਾਂ ਜੀ ਫਿਰ ਬਸ ਹੁਣ ਮਾਂ ਬਾਪ ਦੀ ਮਰਜ਼ੀ ਨਾਲ ਹੋਇਆ ਹੈ ਵਿਆਹ ਹੋਇਆ ਹੈ ਜਦੋਂ ਖੁਸ਼ ਹੀ ਹੈ ਫਿਰ ਆਪਦੀ ਜ਼ਿੰਦਗੀ ਰੁਕ ਨਹੀਂ ਸਕਦੀ ਸੀ ਥੋੜ੍ਹਾ ਟਾਈਮ ਬਹਾਨਾ ਲਾ ਲਾਂ ਮੁੰਡੇ ਬਹਾਨਾ ਲਾ ਲੈਂਦੇ ਵੀ ਅਸੀਂ ਕੰਮ ਕਰਨ ਅੱਗੇ ਵਧਣਾ ਜ਼ਿੰਦਗੀ 'ਚ ਅੱਗੇ ਜਾਣਾ ਗਾ ਕਿਤੇ ਬਾਹਰ ਜਾਣਾ ਗਾ ਕੁੜੀਆਂ ਬਹਾਨਾ ਨਹੀਂ ਲਾ ਸਕਦੀਆਂ ਹੁੰਦੀਆਂ ਜਿਹਨੇ ਕਰਨਾ ਹੋਵੇ ਸਾਰਾ ਕੁਛ ਹੋ ਜਾਂਦਾ ਕਈ ਕੁੜੀਆਂ ਨਹੀਂ ਲਾ ਸਕਦੀਆਂ ਬਹਾਨਾ ਮਾਂ ਪਿਓ ਦੀ ਮਰਜ਼ੀ ਨਾਲ ਵੀ ਚੱਲਣਾ ਪੈਂਦਾ ਗਾ ਦੁਨੀਆਦਾਰੀ ਹੈ ਤੈਨੂੰ ਪਤਾ ਹੀ ਹੈ ਚੱਲ ਕਿਸਮਤ ਸੀ ਜੋ ਹੋਣਾ ਸੀ ਹੋ ਗਿਆ ਹੁਣ ਫਿਰ ਬਸ ਠੀਕ ਹੈ ਤੂੰ ਦੱਸ ਵਿਆਹ ਵਿਊਹ ਕਰਵਾ ਲਿਆ ਕਿੱਥੋਂ ਕਰਵਾ ਲਿਆ ਫਿਰਦੇ ਹਾਂ ਧੱਕੇ ਖਾਂਦੇ ਅਤੇ ਬਾਹਰ ਗਿਆ ਸੀ ਵਿਆਹ ਵੀ ਨਹੀਂ ਕਰਵਾ ਕੇ ਆ ਵਿਆਹ ਲੈ ਕਿਸਮਤ ਆ ਹੋਈ ਨਹੀਂ ਹੈਗਾ ਇੰਤਜ਼ਾਰ ਕਰਦੇ ਰਹਿ ਗਏ ਕਿਸੇ ਦਾ ਕਿਸੇ ਦਾ ਚੱਲ ਵਧੀਆ ਪਤਾ ਕਰਿਆ ਸੀ ਮੈਂ ਤਾਂ ਹੀ ਇੱਥੇ ਆਇਆ ਅੱਛਾ ਪਤਾ ਕਰਕੇ ਆਇਆ ਹੁਣ ਤੈਨੂੰ ਆਏ ਨੂੰ ਪਤਾ ਲੱਗਿਆ ਵੀ ਜਦੋਂ ਮੈਂ ਪਤਾ ਕਰਿਆ ਮੈਂ ਉਹਦਾ ਅੱਡੇ ਰਿਸ਼ਤੇਦਾਰ ਆ ਯਾਰ ਉੱਥੇ ਤਾਂ ਜਬਰ ਹੌਲੀ ਹੌਲੀ ਪਤਾ ਕਰਿਆ ਫਿਰ ਮਹਾਂ ਚੱਲ ਮਿਲ ਕੇ ਆਉਂਦੇ ਹਾਂ ਉਹਦਾ ਬਣਦੀ ਨਹੀਂ ਸੀ ਇਹਨਾਂ ਨਾਲ ਹਾਂ ਤਾਂ ਹੀ ਤਾਂ ਮੈਂ ਕਹੀ ਨੇ ਇੱਕ ਪਾਸੇ ਤਾਂ ਤੂੰ ਕਹੀ ਇੰਨਾ ਮੇਰੀ ਬਣਦੀ ਨਹੀਂ ਸੀ ਸਾਡੇ ਦਾ ਇਹਨਾਂ ਨਾਲ ਤਾਂ ਹੀ ਉਹ ਵਿਆਹ ਵੇਲੇ ਵੀ ਨਹੀਂ ਆਏ
ਫਿਰ ਹੁਣ ਅਚਾਨਕ ਕਿਵੇਂ ਬਣਨ ਲੱਗ ਗਈ? ਕਿਸਮਤ ਲੈ ਆਈ ਮੈਨੂੰ। ਚੱਲ ਫਿਰ ਐਂ ਕਹੇ ਨਾ ਮੈਂ ਤੇਰਾ ਕਰਕੇ ਆ ਗਿਆ। ਐਂ ਲਾ ਲਾ, ਚਾਉਣਾ ਨਹੀਂ ਸੀ ਨਾ ਮੈਂ ਕਦੋਂ ਕਹਿੰਦੀ ਹੈਗੀ। ਫਿਰ ਵਧੀਆ ਕਰਿਆ ਜਿਹੜਾ ਆ ਗਿਆ। ਅੱਛਾ, ਜਿਹੜੇ 2 ਘੰਟੇ ਨਿਕਲਣਗੇ ਵਧੀਆ ਜ਼ਿੰਦਗੀ 'ਚ। 2 ਘੰਟੇ ਤਾਂ ਮੈਂ ਤਾਂ ਸਾਰਾ ਜ਼ਿੰਦਗੀ ਰਹਿਣਾ ਚਾਹੁੰਦਾ ਸੀਗਾ। ਫਿਰ ਨਹੀਂ ਮਿਲਾਇਆ ਕਿਸਮਤ ਨੇ ਆਪਾਂ ਨੂੰ। ਤੇਰੇ ਵੀ ਹੱਥ ਸਾਰਾ ਕੁਛ ਹੈਗਿਆ ਸੀਗਾ। ਠੀਕ, ਮੇਰੇ ਹੱਥ ਤਾਂ ਕੀ ਸੀਗੇ, ਤੈਨੂੰ ਪਤਾ ਹੀ ਹੈਗਾ। ਚਲ ਕੋਈ ਨਾ, ਚਲ ਕੋਈ ਗੱਲ ਨਹੀਂ, ਆਉਣ ਨਾਲ ਆ ਗਾਵੇ। ਐਂ ਨਹੀਂ ਪਤਾ ਦਾਰੂ ਪੀ ਕੀ ਆ ਜੇ। ਅੱਛਾ, ਨਾ ਵੀ ਤੈਨੂੰ ਪਹਿਚਾਣੇ, ਉਹ ਤਾਂ ਹੀ ਕਹਿ ਦੂਗਾ ਵੀ ਕਿਹਨੂੰ ਬਿਠਾਈ ਬੈਠੀ ਹੈ। ਹੋ ਨਹੀਂ ਸਕਦਾ। ਚਲ ਹੋਰ ਚਾਹ ਬਣਾਵਾਂ ਉਹਨੇ ਮੈਂ। ਬਸ ਚਾਹ ਨੂੰ ਕੀ ਹੈ, ਕੋਈ ਗੱਲ ਨਹੀਂ। ਹੋਰ ਕੀ ਹਾਲ ਬਾਈ? ਉਹ ਕਿਵੇਂ ਆ? ਠੀਕ ਹੈ, ਵਧੀਆ। ਠੀਕ ਹੈ, ਠੀਕ ਹੈ, ਵਧੀਆ। ਬਾਈ ਆ ਕਿੱਧਰ ਵਗ ਗਿਆ ਸੀ? ਬਸ ਜਾਣਾ ਕਿੱਥੇ ਸੀ ਜਾਂ ਵਿਆਹ ਕਰਵਾ ਲਿਆ? ਦੱਸਿਆ ਹੈ ਨਹੀਂ ਵੀ ਲੱਡੂ ਨਾ ਖਵਾਉਣੇ ਪੈ ਜਾਣ। ਹੈ ਹੈ ਵਿਆਹ ਕਰਵਾ ਲਿਆ ਲੱਡੂਆਂ ਥੋੜਾ ਦਾ ਨਾ ਦੱਸੀ ਨਹੀਂ ਤਾਂ। ਉਹ ਤਾਂ ਲੰਡੂ ਪੰਜੂ ਜਿਹਾ ਵਿਆਹ ਸੀ। ਲੰਡੂ ਪੰਜੂ ਦਾ ਮੈਂ ਕਾਹਦਾ ਸੀ ਯਾਰ। ਉਹਦੀ ਬੇਇੱਜ਼ਤੀ ਕਰੀ ਜਾਂਦੇ ਆ ਕਿ ਮੇਰੀ। ਹੈਂ ਲੰਡੂ ਪੰਜੂ ਦਾ ਕਾਹਦਾ ਸੀ? ਐਂ ਕਹਿ ਦੋ ਨਾ ਵੀ ਤੈਨੂੰ ਜਿਹੜਾ ਵਾ ਕਰਿਆ ਸੀਗਾ ਨਹੀਂ ਇਕੱਠ ਕਰਿਆ ਮੇਰੇ ਮੂੰਹ ਦੀ ਬੇਇੱਜ਼ਤੀ। ਰੱਖ ਦਾਂਗੇ ਕਿਹਨਾਂ ਦਾ ਚੌੜ ਕਰੀ ਜਾਂਦੇ ਇਹਦੇ ਨਾ। ਚੱਲ ਤੇਰਾ ਭਰਾ ਦਾ ਕਰ ਲੈ। ਹੋਰ ਹੁਣ ਬੰਦੇ ਦੇ ਚੌੜ ਵੀ ਜ਼ਰੂਰੀ ਆ। ਉਹ ਤੈਨੂੰ ਆਏ ਸੀ ਵੱਡੇ ਬੁੜਿਆਂ ਦਾ ਗੁੱਸਾ ਗਾਸਾ ਸੀ, ਹੁਣ ਆਪਣਾ ਕਾਹਦਾ ਗੁੱਸਾ? ਆਪਣਾ ਕਾਹਦਾ ਗੁੱਸਾ, ਮੈਂ ਤਾਂ ਬਾਹਰ ਸਿੰਗਾਪੁਰ ਤੋਂ ਆਇਆ ਗਾ। ਜਦੋਂ ਮੈਨੂੰ ਲੱਗਿਆ ਬਸ ਹਾਂ ਮੈਂ ਤਾਂ ਜਾ ਕੇ ਆਉਣਾਗਾ। ਵਧੀਆ ਹੋ ਗਿਆ। ਹੋਰ ਮੈਂ ਦੇਖਤਾ ਹੀ ਹੈ ਕਿਵੇਂ ਕੁਛ ਹੈ, ਕਿੰਨਾ ਚਿਰ ਹੋ ਗਿਆ ਗਈ ਨਹੀਂ ਹੈਗੀ। ਤੇ ਹੁਣ ਦੇਖ ਲਈ ਭਜਾਈ? ਦੇਖ ਲਈ ਇਹਨੂੰ ਤਾਂ ਮੈਂ ਜਾਣਦਾ ਲੱਡੂਆਂ ਦਾ ਕੀ ਹੈਗਾ। ਲੱਡੂ ਮੇਰੇ ਨਾਲ ਪੜ੍ਹਦੀ ਰਹੀ ਹੈ। ਤੇਰੀ ਜਾਣ ਨੂੰ ਲੱਡੂਆਂ ਦਾ ਕਹਿੰਦੇ ਹੁੰਦੇ ਥੋੜਾ ਗਾ। ਮੇਰੀ ਗੱਲ ਤਾਂ ਸੁਣ ਲਾ, ਮੇਰੇ ਨਾਲ ਪੜ੍ਹਦੀ ਰਹੀ ਹੈ। ਅੱਛਾ, ਹਾਂ ਵਧੀਆ। ਚੱਲ ਸੌਖਾ ਹੋ ਗਿਆ, ਨਜ਼ਾਰੇ ਲੁੱਟੇਗਾ। ਵਧੀਆ ਕੁੜੀ, ਵਧੀਆ। ਤੂੰ ਦੇਖ ਭਾਈ ਵਧੀਆ ਕਿ ਮੈਨੂੰ ਤਾਂ ਵਧੀਆ ਨਾ। ਵਧੀਆ ਮੈਂ ਤਾਂ ਆਪ ਕਹਿਣਾ ਵਧੀਆ ਭਾਈ ਨਾ, ਮੈਨੂੰ ਤਾਂ ਵਧੀਆ ਹੀ ਲੱਗਦੀ ਆ। ਹਾਂ ਕਿੰਨਾ ਟਾਈਮ ਹੋ ਗਿਆ ਵਿਆਹ ਹੋਏ ਨੂੰ, ਹਜੇ ਉਹਨੂੰ ਕਹਿ ਤੂੰ ਕਿ ਦੇਖਣ ਆਇਆਗਾ ਤੇ ਘਰ ਵਾਲੀ ਬੈਠੀ ਹੈ ਕਿ ਤੇਰੀ। ਕਿ ਮੈਂ ਉਹਨੂੰ ਕਹਿਣਾ ਤੂੰ ਦੇਖ ਵਧੀਆ ਹੀ ਹੈਗੀ ਨਾ, ਫਿਰ ਪਤਾ ਤਾਂ ਲੱਗ ਹੀ ਜਾਂਦਾ ਵੀ ਹਾਂ ਛੋਟੀ ਜੀ ਉਮਰ ਦੀ ਆ। ਚੱਲ ਫਿਰ ਮੈਂ ਫੇਰ ਮਾਰੂੰਗਾ ਗੇੜਾ, ਮੈਂ ਤਾਂ ਕੰਮ ਆਇਆ ਸੀ। ਖਾਣ ਪੀਣ ਨੂੰ ਤਾਂ ਦੱਸ ਕੀ ਲੈ ਦੀ ਰਿਪੋਰਟ ਆ, ਮੈਂ ਤਾਂ ਇਹਦਾ ਕੀ ਹੈ ਨਾ ਮੈਨੂੰ ਲੱਡੂ ਨਹੀਂ ਪਾਏ। ਕਹਿੰਦੇ ਹੁੰਦੇ ਜਾਣ ਨੂੰ ਤੇਰੀਆਂ ਲੱਡੂਆਂ ਦਾ ਥੋੜਾ। ਸ਼ਾਮ ਸ਼ੋਮ ਨੂੰ ਕਰਾਂਗੇ ਪਾਰਟੀ ਤਾਂ ਆਪਣੀ, ਤੈਨੂੰ ਪਤੀ ਹੈ। ਮੈਂ ਤਾਂ ਹੁਣ ਹੀ ਕਰਦਾ ਨਾ ਪਾਰਟੀ ਦੇ। ਕਿਹੜਾ ਵੇਲਾ ਗਾ ਹੁਣ ਤਾਂ ਲੜੂਗੀ ਇਹ। ਲੜਦੀ ਲੁੜਦੀ ਐ ਨੀ ਲੜਦੀ, ਕਿਉਂ ਆਏਗਾ ਇਹਨੂੰ ਨੀ ਕੁਛ ਨਹੀਂ। ਅੱਛਾ, ਐਂ ਤਾਂ ਨਰਮਾ। ਚੱਲ ਵਧੀਆ ਫਿਰ ਤਾਂ, ਐਂ ਨੀ ਕੁਛ ਕਹਿੰਦੀ। ਚੱਲ ਚੰਗਾ, ਹੈਂ ਮੈਂ ਜਾਵਾਂ ਫਿਰ। ਨਾ ਨਾ ਜਾਣਾ ਨੀ ਹੈਗਾ। ਕਿਉਂ? ਮੈਨੂੰ ਤਾਂ ਬਹੁਤ ਵੱਡਾ ਕੰਮ ਆ ਤੇਰੇ ਤਾਈਂ। ਮੇਰੇ ਤਾਂ ਕੀ ਕੰਮ ਪੈ ਗਿਆ? ਮੈਂ ਤਾਂ ਰੱਖੂਆ ਹੁਣ। ਕਿਉਂ? ਹੁਣ ਨਹੀਂ ਜਾਣ ਜੂਣ ਦਿੰਦਾ ਮੈਂ। ਉਹ ਕੀ ਗਿਆ ਦੱਸਤਾ ਦੇ, ਉਹ ਤਾਂ ਵੀ 100 ਗੱਲਾਂ ਬਾਤਾਂ ਕਰਾਂਗੇ। ਅੱਛਾ, ਹੋਰ ਹੁਣ? ਚੱਲ ਚੰਗਾ ਫਿਰ, ਹੌਲੀ ਹੌਲੀ। ਅੱਜ ਬੜੀ ਦਰਦੀ ਆ ਮੰਮੀ, ਤੇ ਖੁਸ਼ ਵੀ ਲੱਗ ਰਹੀ ਹੈ। ਕੀ ਗੱਲ,
ਖੁਸ਼ ਤਾਂ ਮੈਂ ਅੱਜ ਵੈਸੀ ਹੈਗੀ ਬਸ। ਕੋਈ ਤਾਂ ਗੱਲ ਹੋਊਗੀ। ਨਾ ਨਾ ਕੋਈ ਗੱਲ ਨੀ, ਬਸ ਘਰੋਂ ਕਲੇਸ਼ ਜਿਹਾ ਮੁੱਕ ਗਿਆ ਵਧੀਆ। ਪਾਲੇ ਨੇ ਵੀ ਆਪਣੀ ਹਾਂ ਆਪਦੀ ਗਲਤੀ ਮੰਨ ਲਈ, ਕਹਿੰਦਾ ਮੇਰੀ ਗਲਤੀ ਹੈ, ਇੱਦਾਂ ਮੁੜ ਕੇ ਨੀ ਕਹਿੰਦਾ ਮੈਂ ਕਹਿੰਦਾ ਹੈ ਕੁਛ ਵੀ। ਮਾਫੀ ਮੰਗ ਰਹੀ? ਹਾਂ ਨਾ ਮੈਂ ਕਹਿੰਦਾ ਕਿਸੇ ਕੋਲੇ ਗੱਲ ਕਰਾਂ, ਮੈਂ ਠੀਕ ਹੈ ਤਾਂ ਖੁਸ਼ ਸੀਗੀ। ਐਵੇਂ ਵਹਿਮ ਹੈ, ਵਹਿਮ ਦੀ ਬਿਮਾਰੀ ਦਾ ਕੋਈ ਇਲਾਜ ਨੀ ਹੁੰਦਾ ਹੈਗਾ, ਤੈਨੂੰ ਵੀ ਪਤਾ ਹੀ ਹੈ ਦੇਖ। ਬਸ ਕੀ ਕਰਾਂ, ਕਦੇ ਕਦੇ ਸੋਚਦੀ ਆ ਜੇ ਫਿਰ ਜੀ ਵੀ ਕਰਦਾ ਵੀ ਜਿਉਂ ਨਾ, ਕਦੇ ਕਦੇ ਇੰਝ ਕਰਦਾ ਕੱਟ ਹੀ ਲੈਣੀ ਆ ਕਿ ਜਿਉਣ ਦਾ ਕੀ ਫਾਇਦਾ। ਅੱਜ ਦਾ ਜੀ ਕਰਦਾ ਗਾ ਵੀ ਜ਼ਿੰਦਗੀ ਜਿਉਂ ਆ, ਹੈਗਾ ਕੋਈ ਜ਼ਿੰਦਗੀ ਚਲ ਵਧੀਆ ਗਾ। ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ। ਆਜ ਬੈਠੋ। ਕੌਣ ਆ ਇਹ? ਇਹ ਤਾਂ ਸਾਡਾ ਭਾਣਜਾ ਗਾ, ਵੇਜੋ। ਇਹ ਤਾਂ ਪਾਲੇ ਦੀ ਭੂਆ ਦਾ ਮੁੰਡਾ। ਠੀਕ ਹੈ ਵਧੀਆ। ਨਾ ਨਾ ਪਾਲੇ ਦੇ ਜਿਹੜੀ ਭੂਆ ਦੀ ਸਮਝ ਉਹਦਾ ਮੁੰਡਾ ਗਾ। ਤੇ ਚਲ ਕਿਪੂ ਤੂੰ 2 ਮਿੰਟ ਬਾਹਰ ਵੇਜ ਹੈ। ਹਾਂ ਮੈਂ ਤਾਂ ਬਾਹਰ ਜਾਂਦੀ ਸੀ ਵੈਸੇ। ਬਹੁਤ ਠੀਕ ਆ ਘਰ। ਠੀਕ ਹੈ ਵਧੀਆ ਵਧੀਆ ਵਧੀਆ। ਉਧਰੋਂ ਉਹ ਛੱਡ ਲਈ ਕੂਲਰ, ਛੱਡ ਲਈ ਦੂਜੇ ਕਮਰੇ ਦੇ। ਚੰਗਾ ਚੰਗਾ। ਹੋਰ ਸੁਣਾਓ। ਵਧੀਆ। ਕਿੱਧਰ ਜਾਏ? ਮੈਂ ਤਾਂ ਜਾਇਆ, ਮੈਂ ਵੀ ਅੱਖਾਂ ਵਾਂ ਇੰਨੀ ਖੁਸ਼ ਕਿਉਂ ਆ ਗਏ ਇਹਦੇ ਨਾਲ? ਅੱਛਾ ਇਹ ਕਾਰਨ ਇੱਥੇ ਰਹਿੰਦਾ ਸੀ? ਹਾਂ ਇੱਥੇ ਰਹਿੰਦਾ ਹੈਗਾ। ਬੜਾ ਜੁੜ ਕੇ ਬੈਠੀ ਸੀਗੀ ਨਾਲ? ਨਾ ਬੈਸੀ ਬੈਠੀ ਸੀਗੀ, ਇਹ ਤਾਂ ਹੁਣੀ ਆਇਆ ਗਾ 3-4 ਦਿਨਾਂ ਦਾ, ਇੱਥੇ ਰਹਿੰਦਾ। ਪਹਿਲਾਂ ਤਾਂ ਇਹ ਨਹੀਂ ਸੀ, ਇਹ ਸਾਡਾ ਭਾਣਜਾ ਗਾ। ਅੱਛਾ ਕਿਉਂ? ਵਧੀਆ ਗੱਲ ਹੈ। ਬੜਾ ਕਹਿੰਦੇ ਜੁੜ ਕੇ ਬੈਠੀ ਸੀ। ਮੈਂ ਤਾਂ ਪਰ ਉਹਨੂੰ ਪੁੱਛਿਆ, ਹੁਣ ਮੈਨੂੰ ਕੀ ਪਤਾ ਕੌਣ ਆ ਕਿਵੇਂ ਕੁਛ ਹੈਗਾ। ਅੱਛਾ ਇਹ ਤਾਂ ਇੱਥੇ ਰਹਿੰਦਾ ਗਾ, ਇੱਥੇ ਦੀ ਜੋਬ ਲੱਗੀ ਸੀਗੀ ਨੇੜੇ, ਤੇ ਫਿਰ ਇਹ ਕਹਿੰਦਾ ਪਾਲਾ ਕਹਿੰਦਾ ਵੀ ਜ਼ਰੂਰੀ ਕਿਰਾਏ ਤੇ ਰੂਮ ਲੈਣਾ ਗਾ, ਕਹਿੰਦਾ ਆਪਣੇ ਤਾਂ ਕਈ ਕਮਰੇ ਨੇ, ਕਹਿੰਦਾ ਸਾਡਾ ਦੋਤਾ ਵਾ ਇੱਥੇ ਰਹਿਪੂਗਾ। ਮੈਂ ਕਿਹਾ ਮੈਨੂੰ ਤਾਂ ਕੀ ਦਿੱਕਤ ਆਉਣੀ ਹੈਗੀ, ਮੈਂ ਵੀ ਰਹਿ ਪਣਾ ਫਿਰ। ਹਾਂ ਤੂੰ ਰਹਿ ਪਾ, ਮੈਂ ਤਾਂ ਤਿਆਰ ਰੱਖਣ ਨੂੰ। ਅੱਛਾ ਰਹਿਣ ਵਾਲਾ ਬਣ ਜਮਾਣੀ ਯਾਦ ਜੁੜ ਦਿੱਤਾ। ਯਾਦ ਕੀ ਕਰਨ, ਦੇਖ ਹੀ ਲੱਤਾ ਹੁਣ ਘਰ ਪਰਿਵਾਰ ਚ ਕਿੱਦਾਂ ਫਸੀ ਹੈ। ਫਸਣ ਨੂੰ ਤਾਂ ਕੀ ਹੋਇਆ ਯਾਰ, ਰਹਿ ਕੇ ਤਾਂ ਦੇਖ ਤੈਨੂੰ ਫਿਰ ਪਤਾ ਲੱਗੂ ਵੀ ਫਸੀ ਆ ਕਿ ਕੀ ਹੋਇਆ ਗਾ। ਰਹਿਣ ਬਦਲ ਗਈ ਹੈ? ਕੀ ਬਦਲ ਗਈ? ਨਹੀਂ ਬਦਲੀ ਮੈਂ, ਮੈਂ ਤਾਂ ਉਹੀ ਹੈ। ਅੱਛਾ ਬਸ ਇੰਨਾ ਕਾ ਫਰਕ ਵੀ ਤੂੰ ਵਿਆਹ ਨਹੀਂ ਕਰਵਾਇਆ, ਮੈਂ ਵਿਆਹ ਕਰਵਾ ਲਿਆ। ਮੈਂ ਵਿਆਹ ਨਹੀਂ ਨਾ ਕਰਵਾਉਂਦੀ ਸੀ, ਫਿਰ ਹੋਰ ਕੀ ਕਰਦੀ ਮੈਂ? ਦੱਸ ਵੀ ਦੇ, ਮੈਂ ਤੈਨੂੰ ਪਹਿਲਾਂ ਵੀ ਦੱਸ ਕੇ ਹਟੀ ਹਾਂ। ਇੰਤਜ਼ਾਰ ਇੰਤਜ਼ਾਰ ਜੇ ਵਾਅਦਾ ਕਰਕੇ ਜਾਂਦਾ ਵੀ ਮੈਂ ਵਾਪਸ ਆਊਂਗਾ, ਫਿਰ ਇੰਤਜ਼ਾਰ ਕਰਿਆ ਜਾਂਦਾ। ਜਦੋਂ ਕੁਛ ਦੱਸਣਾ ਨਹੀਂ, ਪੁੱਛਿਆ ਨਹੀਂ, ਆਹੀ ਪਤਾ ਲੱਗਾ ਵੀ ਚਲਿਆ ਗਿਆ, ਫਿਰ ਇੰਤਜ਼ਾਰ ਕਾਹਦਾ ਸੀ। ਚੱਲ ਕੋਈ ਗੱਲ ਨੀ, ਫਿਰ ਫਿਰ ਤਾਂ ਆਪਦੇ ਮਾਂ ਪਿਓ ਦੀ ਮਰਜ਼ੀ ਨਾਲ ਹੀ ਤੁਰਨਾ ਸੀ। ਕੋਈ ਨੀ, ਫਿਰ ਹੁਣ ਤੂੰ ਖੁਸ਼ ਹੈਗੀ ਆਪਦੀ ਜ਼ਿੰਦਗੀ ਚ, ਅੱਗੇ ਵੱਧ ਵਧੀਆ ਚੱਲ, ਜੋ ਹੋਇਆ ਸੋ ਹੋਇਆ। ਵਿਆਹ ਤਾਂ ਹੋ ਗਿਆ,
ਪਰ ਅੱਗੇ ਨਹੀਂ ਨਾ ਵੱਧ ਸਕਦੀ। ਕਿਉਂ? ਜ਼ਿੰਦਗੀ ਕੱਟ ਰਹੀ ਹੈ, ਕੋਈ ਐਸ਼ ਨੀ ਕਰਦੀ ਹੈਗੀ। ਆਹ ਹੁਣ ਦੋ ਤਿੰਨ ਦਿਨਾਂ ਦੀ ਜ਼ਰੂਰ ਮੈਂ ਐਵੇਂ ਵੀ ਵਧੀਆ ਚੱਲ ਕੰਮ ਧੰਦਾ ਕਰਕੇ ਦਿਨੇ ਖੁਸ਼ ਰਹਿ ਲੈਂਦੀ ਹਾਂ, ਚੱਲ ਆਇਆ ਹੋਇਆ ਸਾਡਾ ਦੋ ਤਾਂ ਇਹਦੇ ਨਾਲ ਗੱਲਾਂ ਬਾਤਾਂ ਕਰ ਲੈਣੀ, ਦਿਨ ਲੰਘ ਜਾਂਦਾ ਗਾ। ਵਧੀਆ ਦਿਨ ਲੰਘਾਉਂਦਾ ਫਿਰ ਹੋਰ ਕੀ ਕਰਾਂ, ਦਿਨ ਤਾਂ ਲੰਘਦੇ ਹੀ ਆ, ਰਾਤਾਂ ਤਾਂ ਜਿਵੇਂ ਨਿਕਲਦੀਆਂ ਨਿਕਲਦੀਆਂ ਹੀ ਪਤਾ ਹੀ ਆ। ਇੱਕ ਗੱਲ ਦੱਸ, ਚੱਲ ਮੈਨੂੰ ਅੱਜ ਵੀ ਪਿਆਰ ਕਰਦੀ ਹੈ ਕਿ ਭੁੱਲ ਗਈ? ਤੇਰਾ ਪਿਆਰ ਭੁਲਾਉਣ ਵਾਲਾ ਹੈਗਾ ਸੀ। ਕਿਉਂ? ਤੈਨੂੰ ਲੱਗਦਾ ਵੀ ਮੈਂ ਭੁੱਲ ਸਕਦੀ ਹਾਂ? ਮੈਨੂੰ ਤਾਂ ਹੁਣ ਕੀ ਪਤਾ ਹੈਗਾ, ਪਿਆਰ ਤਾਂ ਮੈਂ ਅੱਜ ਵੀ ਉਨੀ ਕਰਦੀ ਹਾਂ ਤੈਨੂੰ ਜਿੰਨਾ ਮੈਂ ਪਹਿਲਾਂ ਕਰਦੀ ਸੀ। ਪਰ ਇੱਥੇ ਮੈਂ ਮਾਂ ਪਿਓ ਮਜਬੂਰ ਸੀ, ਜਦੋਂ ਮੈਂ ਵਿਆਹ ਕਰਵਾ ਲਿਆ, ਵਿਆਹ ਕਰਾ ਕੇ ਵੀ ਮੈਂ ਅੱਗੇ ਵੱਧ ਨਹੀਂ ਸਕੀ ਜ਼ਿੰਦਗੀ ਚ, ਉੱਥੇ ਦੀ ਉੱਥੇ ਖੜੀ ਹਾਂ। ਵਿਆਹੀ ਜ਼ਰੂਰ ਗਈ ਪਰ ਹਜੇ ਵੀ ਕੁਮਾਰੀ ਨਹੀਂ ਹੈ ਸੋਚ ਲਾ। ਕੀ ਮਤਲਬ ਕੁਮਾਰੀ ਦਾ? ਘਰ ਵਾਲਾ ਨਾਲ ਪੈਂਦਾ ਨਾਲ ਉੱਠਦਾ, ਪਰ ਕਿਸੇ ਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਘਰ ਵਾਲੇ ਨਾਲ ਪਈ ਆ ਜਾਂ ਬਗਾਨੇ ਨਾਲ ਪਈ ਆ। ਜਿਵੇਂ ਪੈ ਜਾਂਦੇ ਆ ਉਵੇਂ ਹੀ ਉੱਠਦੇ ਜੀ ਨਹੀਂ ਪਈ, ਇੱਥੇ ਖਾਨੇ ਚ ਪਈ ਨਹੀਂ ਵੀ ਕਈ ਕੀ ਜਾਂਦੀਆਂ ਤੇ ਕਈ ਕੀ ਜਾਂਦੀਆਂ ਭੇਜੇ ਚ ਤੇਰੇ ਪੈਂਦੀ ਨਹੀਂ ਪਏ ਜੂਗੀ। ਇਹਦੇ ਚ ਕਣਕ ਅੰਡਾ ਕੁਛ ਨਹੀਂ ਹੈਗਾ, ਮਰਦ ਵਾਲੀ ਤਾਂ ਗੱਲ ਹੀ ਨਹੀਂ ਇਹਦੇ ਚ। ਫਿਰ ਤੂੰ ਘਰੇ ਦੱਸਣਾ ਸੀਗਾ? ਕਿਹਨੂੰ ਦੱਸਾਂ ਘਰੇ, ਸੁਣਨ ਵਾਲਾ ਹੈਗਾ ਮੇਰੀ ਕੋਈ? ਕਿਉਂਕਿ ਉਹਨਾਂ ਨੇ ਤੇ ਇਹੀ ਕਹਿ ਦੇਣਾ ਸੀ ਵੀ ਇਹ ਜਾਣ ਬੁੱਝ ਕੇ ਕਹਿ ਰਹੀ ਆ ਵੀ ਉਹਦੇ ਨਾਲ ਵਿਆਹ ਕਰਵਾਉਣ ਨੂੰ। ਜਦੋਂ ਮੈਂ ਪਹਿਲਾਂ ਵਿਆਹ ਨੂੰ ਜਵਾਬ ਦਿੱਤਾ ਸੀ ਜ਼ਬਰਦਸਤੀ ਮੇਰਾ ਵਿਆਹ ਕਰਿਆ, ਜਿਵੇਂ ਹੁਣ ਇਹ ਗੱਲ ਕਹੂੰਗੀ ਕਹਿਣਗੇ ਤੂੰ ਢੰਗ ਕਰਦੀ ਹੈਗੀ, ਇਲਜ਼ਾਮ ਲਾ ਰਹੀ ਆ ਉਹਦੇ ਤੇ, ਐਂ ਕਹਿ ਦਿੰਦੇ ਮੈਨੂੰ। ਚੁੱਪ ਕਰਕੇ ਜ਼ਿੰਦਗੀ ਕੱਟੀ ਜਾਂਦੀ ਆ ਮੈਂ। ਹੁਣ ਫਿਰ ਬਸ ਜਿੱਧਰ ਕਿਸਮਤ ਲੈ ਜੂ, ਕਿਸਮਤ ਦੇ ਸਾਰੇ ਹੁਣ ਤਾਂ ਲੱਗਦਾ ਮੇਰੇ ਹੱਥ ਚ ਹੈਗੀ ਆ ਜੀ। ਭੱਜ ਕੇ ਤਾਂ ਕੋਈ ਹੱਲ ਨਹੀਂ ਹੈਗਾ। ਉਦੋਂ ਵੀ ਤਾਂ ਇਹੀ ਜਵਾਬ ਦਿੱਤਾ ਸੀਗਾ, ਅੱਜ ਵੀ ਉਹੀ ਜਵਾਬ ਕਰਕੇ ਤੇ ਜ਼ਿੰਦਗੀ ਦੇਖਦਾ ਤੇਰੀ ਅੱਜ ਵੀ ਔਖੀ ਆ, ਕੱਲ ਵੀ ਔਖੀ ਸੀ, ਅੱਗੇ ਵੀ ਔਖੀ ਹੋਊਗੀ ਤੇਰੀ ਸਿਰਫ ਇਹ ਚੀਜ਼ ਕਰਕੇ। ਜਦੋਂ ਮਾਂ ਪਿਓ ਗਲਤ ਆ, ਸਮਝਦਾ ਨੀ ਕੋਈ, ਮੰਨਦਾ ਨੀ, ਤੇਰੇ ਮਨ ਦੀ ਨੀ ਕਰਦਾ ਹੈਗਾ। ਮੈਂ ਮਾਂ ਦੀ ਚੁੰਨੀ ਕਿਵੇਂ ਸਿਰ ਤੋਂ ਰੋਲਦਾ? ਪਰ ਔਖੀ ਹੋਈ ਇੰਨੀ ਤੇਰੀ ਮਾਂ ਕਿ ਹੁਣ ਇੱਥੇ ਵੀ ਖੜੇ ਨਾ ਵੀ ਮੇਰੀ ਧੀ ਔਖੀ ਹੈਗੀ, ਤੇਰੀ ਔਖਤਾ ਦੇਖੇ, ਕੱਲਾ ਪੈਸਾ ਜਾਂ ਉਹ ਸਭ ਕੁਛ ਤਾਂ ਨੀ ਹੁੰਦਾ, ਸਕੂਨ ਨਾਮ ਖੁਸ਼ੀ, ਕੋਈ ਦੁੱਖ ਕੋਈ ਸੁੱਖ ਨਾਮ ਦੀ ਵੀ ਚੀਜ਼ ਹੁੰਦੀ ਆ। ਕੀ ਕਰੇਗੀ ਇਹੋ ਜਿਹੀਆਂ ਚੁੰਨੀਆਂ ਨੂੰ, ਉਹਨਾਂ ਨੂੰ ਵੀ ਚਾਹੀਦਾ ਹੈਗਾ। ਭੱਜ ਤਾਂ ਮੈਂ ਕੱਲ ਵੀ ਜਾਂਦੀ, ਭੱਜ ਮੈਂ ਅੱਜ ਵੀ ਸਕਦੀ ਹਾਂ, ਰੋਕ ਤਾਂ ਮੈਨੂੰ ਕੋਈ ਸਕਦਾ ਨਹੀਂ, ਪਰ ਮੈਂ ਉਹਨਾਂ ਬਾਰੇ ਸੋਚਦੀ ਹਾਂ ਵੀ ਉਹਨਾਂ ਦਾ ਤਾਂ ਮੁੜ ਕੇ ਜ਼ਿੰਦਗੀ ਤੇ ਜਿਉਣ ਹੀ ਨਹੀਂ ਹੈਗਾ ਵੀ ਦੁਨੀਆਂ 'ਚ ਜਿਉਣਾ। ਕਿਵੇਂ ਜੀਵੇਗੀ, ਉਮਰ ਹੀ ਕੁਛ ਨਹੀਂ ਹੈਗੀ, ਕਿਵੇਂ ਕੱਟੇਗੀ ਦੱਸ? ਸਿਰ ਬਦਨਾਮੀ ਦੇ ਦਾਗ ਲੱਗਣਗੇ ਜੇ ਕਿਤੇ ਹੋਰ ਜਾਵੇਂਗੀ। ਜਾਣ ਜੋਗਰੀ ਵੀ ਨਹੀਂ, ਫੇਰ ਜਾਂਦੀ ਨਹੀਂ, ਮੈਂ ਇਹ ਚਾਹੁੰਦੀ ਨਹੀਂ ਹੈਗੀ। ਝੂਠ ਨਾ ਬੋਲੀ, ਪਿਆਰ ਦੀ ਸਮਝ ਲੱਗੀ ਤੈਨੂੰ, ਇਹ ਪਸੰਦ ਹੈ ਨਾ ਜਿਹੜਾ ਭਾਣਜਾ ਸਹੀ ਸਹੀ ਦੱਸੀ। ਤੇਰੇ ਆਉਣ ਤੋਂ ਪਹਿਲਾਂ ਤੱਕ ਤਾਂ ਪਸੰਦ ਸੀ।
ਗੱਲਬਾਤ ਵੀ ਫਿਰ ਤਾਂ ਕੀਤੀ ਹੋਊ ਕੋਈ ਨਾ ਕੋਈ? ਕੋਈ ਗੱਲ ਨਹੀਂ ਕੀਤੀ ਹਜੇ ਤੱਕ। ਇਹ ਕਿਵੇਂ ਹੋ ਸਕਦਾ ਹੈ? ਤੇ ਤੈਨੂੰ ਚੀਜ਼ ਹੈ, ਤੂੰ ਅੱਛਾ ਆਪਦੀ ਲੋੜ ਨਾ ਪੂਰੀ ਕਰੇ। ਮੈਂ ਹਜੇ ਤੱਕ ਸੋਚਿਆ ਹੀ ਨਹੀਂ ਹੈਗਾ। ਹੁਣ ਸੋਚ ਲਾ। ਨਾ। ਕਿਉਂ? ਜਦੋਂ ਹੁਣ ਤੂੰ ਹੈਗਾ। ਮੈਂ ਆਪਣੇ ਬਾਰੇ ਕਿਹਾ ਹੈਗਾ, ਹੋਰ ਕਿਹਦੇ ਬਾਰੇ ਕਿਹਾ ਹੈਗਾ? ਮੈਂ ਕਿਤੇ ਉਹਦੇ ਬਾਰੇ ਕਹੀ ਆ। ਆਪਣੇ ਬਾਰੇ ਤਾਂ ਸੋਚਿਆ ਹੀ ਹੋਇਆ। ਕੀ ਸੋਚਿਆ? ਪਹਿਲਾਂ ਵੀ ਸੋਚਿਆ ਹੋਇਆ ਸੀ, ਹੁਣ ਵੀ ਸੋਚਿਆ ਹੀ ਹੈ। ਕਦੇ ਸੋਚੇ ਨਾਲ ਤਾਂ ਕੁਛ ਨਹੀਂ ਬਣਦਾ, ਤੂੰ ਮੰਨ ਜਾ। ਫਿਰ ਭੱਜ ਕੇ ਪੈ ਖੰਡ ਕੋਈ ਹੱਲ ਹੀ ਨਹੀਂ ਹੈਗਾ। ਸਾਰੇ ਹੱਲ ਤੈਨੂੰ ਨਾਲੇ ਮੇਰੇ ਪਿਛੋਕੇ ਦਾ ਤਾਂ ਪਤਾ ਹੀ ਆ, ਗਰੀਬ ਜ਼ਰੂਰ ਆ ਮਾਰ, ਪਰ ਮਾਰੇ ਬਿਨਾਂ ਤਾਂ ਛੱਡਦੇ ਨਹੀਂ। ਕੋਈ ਨਹੀਂ ਹੱਥ ਲਾ ਦਾ। ਵਹਿਮ ਆ ਤੇਰਾ। ਤੇਰਾ ਵੀ ਇਹ ਵਹਿਮ ਜਿਹੜੀ ਇੱਜ਼ਤ ਨੂੰ ਦਾਗ ਲੱਗੂ ਉਹਨਾਂ ਦੇ, ਉਹਦਾ ਲੱਗੂਗੀ, ਉਹ ਤਾਂ ਅੱਜ ਵੀ ਲੱਗੂ, ਕੱਲ ਨੂੰ ਵੀ ਲੱਗੂ, ਫਿਰ ਸਾਰੀ ਉਮਰ ਖਾਈ ਜਾ ਤੱਕ। ਜੇ ਹੁਣ ਕਿਸੇ ਨਾਲ ਗੱਲ ਕਰਨੀ ਫੜੀਗੀ ਫਿਰ ਇਹ ਤੈਨੂੰ ਬਖਸ਼ੂਗਾ? ਐਂ ਤਾਂ ਤੂੰ ਸਾਰੀ ਜ਼ਿੰਦਗੀ ਕੱਟ ਨਹੀਂ ਸਕਦਾ, ਤਾਂ ਸਾਲ ਦੋ ਸਾਲ ਤਿੰਨ ਸਾਲ ਕੱਟ ਲੈਂਦੀ। ਕੱਲ ਨੂੰ ਜਵਾਕਾਂ ਦੀ ਲੋੜ ਆ, ਕਿੰਨਾ ਚਿਰ ਸਬਰ ਕਰੀ ਜਾਏਗੀ ਦੱਸ? ਸਬਰ ਤਾਂ ਹੁਣ ਹੁੰਦਾ ਨਹੀਂ ਫਿਰ, ਸਬਰ ਤਾਂ ਹੁਣ ਮੁੱਕਿਆ ਪਿਆ ਮੇਰੇ ਚ। ਮਨ ਗੱਲ ਭੱਜ ਚੱਲਦਾ, ਸੌਖੀ ਰਹੇ। ਇੱਕ ਮਿੰਟ ਤੋਂ ਚੇ ਨਹੀਂ ਚੱਲ, ਮੁੱਕੇ ਦੱਸਦੀ ਹਾਂ। ਠੀਕ ਹੈ, ਚੱਲ ਹੁਣ ਫੋਨ ਚੁਲਝ ਗਿਆ, ਕੋਈ ਗੱਲ ਨਹੀਂ। ਫਿਰ ਤੂੰ ਮੈਨੂੰ ਦੱਸਤਾ ਦੇ ਫਿਰ, ਮੈਂ ਤਾਂ ਕੋਈ ਹੱਲ ਨਹੀਂ ਹੈਗਾ, ਮੈਂ ਤਾਂ ਕਹਿੰਦਾ ਭੱਜ ਚੱਲਦੇ ਹਾਂ, ਵਧੀਆ ਰਹਾਂਗੇ। ਚੱਲ ਕੋਈ ਨਹੀਂ, ਸੋਚ ਕੇ ਦੱਸਦੀ ਹਾਂ ਫਿਰ। ਸੋਚਣਾ ਕੀ ਹੈ ਯਾਰ, ਲੈ ਹੁਣ ਟਾਈਮ ਤਾਂ ਦੇ ਯਾਰ ਸੋਚਣ ਦਾ। ਐਂ ਤਾਂ ਨਹੀਂ ਹੈਗਾ, ਤੂੰ ਤਾਂ ਉਦੋਂ ਵੀ ਆਈ ਕਾਲੀ ਕਰਦਾ ਸੀਗਾ, ਇੱਕੇ ਦਿਨ 'ਚ ਹੁਣੀ ਦੱਸ, ਹੁਣੀ ਦੱਸ, ਐਂ ਥੋੜ੍ਹੀ ਹੁੰਦਾ। ਚੱਲ ਫਿਰ ਸੋਚ ਲਈ, ਫਿਰ ਕਿੱਥੇ ਪਾਵਾਂ ਮੈਂ? ਉਰੀ ਆ ਰੂਮ 'ਚ ਪੈ ਜੀ, ਮੈਂ ਦੂਜੇ ਰੂਮ 'ਚ ਪੈ ਜੂੰ, ਕੋਈ ਗੱਲ ਨਹੀਂ। ਦੂਜੇ 'ਚ ਪੈਂਗੀ? ਤੇ ਪੈਣਾ ਤਾਂ ਮੈਨੂੰ ਘਰ ਵਾਲੇ ਕੋਲ ਹੀ ਪਊਗਾ ਨਾ। ਚੱਲ ਕੋਈ, ਤੂੰ ਕਿਹੜਾ ਨਿਆਣਾ ਗਾ। ਚੰਗਾ ਫਿਰ, ਠੀਕ ਹੈ, ਚੱਲ ਚੱਲ ਤੂੰ ਕਰ ਲੈ ਰੈਸਟ ਇੱਥੇ, ਮੈਂ ਰੋਟੀ ਰੋਟੀ ਬਣਾ ਲਾਂ। ਯਾਰ ਬਾਬੇ ਚੱਕਰ ਕੀ ਪੈ ਗਿਆ, ਭਾਣਜੇ ਨਾਲ ਪਸੰਦ ਕਰਦੀ ਆ, ਕਦੇ ਉਹਦੇ ਨਾਲ ਤਾਂ ਨਹੀਂ ਗੱਲਬਾਤ ਹੈਗੀ ਇਹਦੀ ਯਾਰ? ਇੰਨਾ ਚਿਰ ਤਾਂ ਉਹ ਨਹੀਂ ਕੱਟ ਸਕਦਾ ਬੰਦਾ, ਕਦੇ ਮੇਰੇ ਆਏ ਤੂੰ ਐਂ ਕਹਿ ਦਿਉ ਵੀ ਤੇਰੇ ਨਾਲ ਉਹਦੇ ਨਾਲ ਗੱਲਬਾਤ ਹੋਵੇ, ਪਾਲੇ ਨੂੰ ਪੁੱਛੀਏ, ਉਹ ਦੱਸੂਗਾ ਕੀ ਰਾਜ ਆ। ਠੀਕ ਹੈ।